ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਾਡੇ ਨਾਲ ਨੇ ਗੱਲਬਾਤ ਕਰਨੀ। ਖੁੱਡੀ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਦੀ ਰੋਜ਼ਗਾਰ ਮੁਹਿੰਮ, ਔਰ ਕਿਹਾ ਜਾਂਦਾ ਹੈ ਕਿ ਮਹੀਨੇ ਦੇ ਵਿੱਚ ਦੋ ਵਾਰ ਨਿਯੁਕਤੀ ਪੱਤਰ ਵੰਡਣ ਦਾ ਸਿਲਸਿਲਾ ਜਿਹੜਾ ਸ਼ੁਰੂ ਹੋ ਜਾਂਦਾ ਹੈ ਔਰ ਨੌਜਵਾਨਾਂ ਨੂੰ ਰੋਜ਼ਗਾਰ ਮਿਲਦਾ ਹੋਇਆ ਨਜ਼ਰ ਆ ਰਿਹਾ? ਆਪਾਂ ਇਹ ਵੀ ਜਾਣਦੇ ਹਾਂ ਪੰਜਾਬ ਵਿੱਚ ਬਹੁਤ ਸਾਰੀਆਂ ਨੌਕਰੀਆਂ ਖਾਲੀ ਪਈਆਂ ਨੇ, ਉਹਨੂੰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਅੱਜ ਜਿਵੇਂ 36,000 ਤੇ 97 ਦਾ ਅੰਕੜਾ ਟੱਪ ਗਿਆ ਹੈਗਾ। ਇਹ ਜਿਹੜੇ ਲੋਕ ਦੂਸਰੇ ਕਈ ਵਾਰੀ ਫੇਸਬੁੱਕ 'ਤੇ ਅਤੇ ਹੋਰ ਗੱਲਾਂ ਕਰ ਰਹੇ ਨੇ ਵੀ ਸਬੂਤ ਦਿਓ, ਸਬੂਤ ਯਾਰ ਇੱਥੋਂ ਜਿਹੜੇ ਬੱਚੇ ਲੈ ਕੇ ਜਾਂਦੇ ਇਹ ਵੱਡਾ ਸਬੂਤ ਹੋ ਸਕਦਾ। ਔਰ ਉਹਦੇ 'ਚ ਮੇਰਾ ਖੇਤੀਬਾੜੀ ਮਹਿਕਮੇ ਨਾਲ ਡੇਅਰੀ ਡਿਵੈਲਪਮੈਂਟ ਵੀ ਜੁੜਿਆ ਆ, ਉਹਦੇ 'ਚੋਂ 25 ਬੱਚਿਆਂ ਨੂੰ ਸਬ ਇੰਸਪੈਕਟਰ ਦੀ ਨੌਕਰੀ ਮਿਲੀ ਹੈ। ਤੋ ਮੈਂ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਔਰ ਇਸ ਗੱਲ ਦਾ ਮੈਸੇਜ ਲੋਕਾਂ ਵਿੱਚ ਇਹ ਜਾਂਦਾ ਕਿ ਜੇ ਸਾਨੂੰ ਨੌਕਰੀਆਂ ਮੈਰਿਟ 'ਤੇ ਮਿਲਦੀਆਂ, ਸਾਨੂੰ ਕੀਤੀ ਹੋਈ ਮਿਹਨਤ ਦਾ ਮੁੱਲ ਮਿਲਦਾ, ਅਸੀਂ ਇਮਾਨਦਾਰੀ ਨਾਲ ਅਸੀਂ ਆਪਣੇ ਪੰਜਾਬ ਦੀ ਸੇਵਾ ਕਰ ਸਕਦੇ ਹਾਂ। ਕਿ ਸਿਫਾਰਿਸ਼ ਵਾਲੀ ਪਰਚੀ ਤੇ ਜੇਬ ਖਰਚੀ ਕੰਮ ਨਹੀਂ ਆ ਰਹੀ, ਜਿਹੜੀ ਯੋਗਤਾ ਉਸਦੇ ਆਧਾਰ ਤੇ ਨੌਕਰੀ ਮਿਲ ਰਹੀ ਹੈ, ਇਹ ਤੁਸੀਂ ਬੱਚਿਆਂ ਤੋਂ ਪੁੱਛ ਸਕਦੇ ਹੋ ਵੀ ਇੱਥੇ ਕਿਸੇ ਦੀ ਸਿਫਾਰਿਸ਼ ਵਾਲੀ ਗੱਲ ਤੇ ਜਾਂ ਬੈਗ ਵਾਲੀ ਗੱਲ ਨਹੀਂ ਚੱਲੀ, ਇਹ ਇਹਨਾਂ ਬੱਚਿਆਂ ਦੀ ਮਿਹਨਤ ਹੈ ਤੇ ਉਹ ਮੈਰਿਟ ਚੱਲ। ਹੋਰ ਤੁਹਾਡੇ ਮਹਿਕਮੇ ਨਾਲ ਤਾਲੁਕ ਰੱਖਦਾ ਹੋਇਆ ਸਵਾਲ, ਝੋਨੇ ਦੀ ਕਟਾਈ ਦਾ ਸੀਜ਼ਨ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ, ਉਸ ਨੂੰ ਲੈ ਕੇ ਤਿਆਰੀਆਂ ਕੀ? ਜੀ, ਸਾਰਾ ਸਰਕਾਰ ਵੱਲੋਂ ਜਿਹੜੀਆਂ ਲੋੜਾਂ ਉਹ ਪੂਰੀਆਂ ਕਰ, ਕਿਉਂਕਿ ਪਰਾਲੀ ਹਰ ਵਾਰ ਮਸਲਾ ਬਣਦੀ ਹੋਈ ਨਜ਼ਰ ਆਉਂਦੀ ਹੈ ਤੇ ਪਰਾਲੀ ਇਸ ਵਾਰ ਕੋਈ ਦਿੱਕਤ? ਪਰਾਲੀ ਦੀ ਚਰਚਾ ਬਹੁਤ ਹੋ ਜਾਂਦੀ ਹੈ ਭਾਈ ਸਾਹਿਬ, ਉਸ ਗੱਲ ਦੇ ਬਹੁਤ ਸਾਰਾ ਜ਼ਿਮੀਦਾਰ ਭਰਾ ਸਾਡੇ ਕਿਸਾਨ ਭਰਾ ਵੀ ਸਮਝਣ ਲੱਗ ਗਏ ਔਰ ਪਰਾਲੀ ਦਾ ਕੁਛ ਨਾ ਕੁਛ ਮੁੱਲ ਵੀ ਵਿਕਣ ਲੱਗ ਗਿਆ, ਕੁਛ ਮਿਲਣ ਲੱਗ ਗਿਆ। ਇਹਦੇ ਨਾਲ ਬਹੁਤ ਵੱਡੇ ਹਿੱਸੇ 'ਚ ਪਰਾਲੀ ਦੀ ਜਿਹੜੀ ਜਿਹਨੂੰ ਅਸੀਂ ਆਪਦੀ ਲੋੜ ਵਿੱਚ ਲਾ ਲਾਂਗੇ, ਸਾੜੀ ਨਹੀਂ ਜਾਊਗੀ ਔਰ ਇਹਦੇ ਲਈ ਮਸ਼ੀਨਰੀ ਦਾ ਵੀ ਬਹੁਤ ਸਾਰਾ ਪ੍ਰਬੰਧ ਕੀਤਾ ਗਿਆ। ਤੋ ਮੈਂ ਇਹਦੇ ਨਾਲ ਭੱਠਿਆਂ ਵਾਲੇ ਵੀ ਕੱਲ੍ਹ ਪਰਸੋਂ ਮਿਲੇ ਸੀ, ਉਹਦੀ ਸਿੱਧੀ ਅਸੀਂ ਲੈਣ ਲਈ ਤਿਆਰ ਹਾਂ। ਜਿਸ ਤਰ੍ਹਾਂ ਪਰਾਲੀ ਦੀ ਲੋੜ ਜਿਨ੍ਹਾਂ ਨੇ ਮਹਿਸੂਸ ਕੀਤੀ ਉਹ ਲੈਣ ਲੱਗ ਜਾਣਗੇ, ਤੇ ਕੋਈ ਵੀ ਜ਼ਿਮੀਦਾਰ ਆਪਦੇ ਖੇਤ ਵਿੱਚ ਅੱਗ ਨਹੀਂ ਲਾਊਗਾ। ਹੈਪੀ ਸੀਡਰਾਂ ਦੀ ਗੱਲ ਕਰੀਏ ਜਾਂ ਹੋਰ ਜਿਹੜੀ ਮਸ਼ੀਨਰੀ ਲਿੱਤੀ ਜਾਣ ਵਾਲੀ ਹੈ, ਉਸ ਨੂੰ ਲੈ ਕੇ ਸਬਸਿਡੀ ਦੇਣ ਦੀ ਵੀ ਗੱਲ ਹੋਈ ਸੀ ਕਿ ਪ੍ਰੋਪਰ ਸਬਸਿਡੀ ਦਿੱਤੀ ਜਾਏ, ਉਹ ਫਾਈਨਲ ਹੋ ਗਿਆ ਜੀ? ਸਾਰਾ ਕੁਝ ਫਾਈਨਲ ਹੋ ਗਿਆ, ਉਹ ਪੋਰਟਲ ਤੇ ਚੜਿਆ ਔਰ ਲਾਟਰੀ ਸਿਸਟਮ ਕਿੱਥੇ ਅਸੀਂ ਕਿਸੇ ਆਪਦੇ ਰਿਸ਼ਤੇਦਾਰ ਨਜ਼ਦੀਕੀ ਵਾਸਤੇ ਜਿਵੇਂ ਪਹਿਲਾਂ ਚੱਲ ਜਾਂਦਾ ਸੀ ਔਰ ਪਿੱਛੇ ਇਨਕੁਆਇਰੀਆਂ ਚੱਲੀ ਜਾਂਦੀਆਂ, ਲੋਕਾਂ ਨੇ ਸੰਦ ਨਹੀਂ ਲਏ, ਵੈਸੇ ਬਿੱਲ ਲੈ ਕੇ ਸਬਸਿਡੀਆਂ ਖਾਧੀਆਂ, ਇਹੋ ਜਿਹੀ ਗੱਲ ਹੁਣ ਪੰਜਾਬ ਵਿੱਚ ਕਦੇ ਨਹੀਂ ਹੋਈ। ਇਸ ਵਾਰ ਕਿੰਨੀ ਮਸ਼ੀਨਰੀ ਉਪਲਬਧ ਕਰਾ ਰਹੇ? 20,000 ਦੇ ਨੇੜੇ ਹੈ, 20,000 ਦੇ ਆਸ ਪਾਸ ਮਸ਼ੀਨਾਂ ਜਿਹੜੀਆਂ ਉਪਲਬਧ ਹੋ ਜਾਣਗੀਆਂ, ਯਾਨੀ ਕਹਿ ਸਕਦੇ ਹਾਂ ਕਿ ਇਸ ਦੇ ਨਾਲ ਪਰਾਲੀ ਦੀ ਸਮੱਸਿਆ ਦਾ ਹੱਲ ਹੁੰਦਾ? ਬਹੁਤ ਬਹੁਤ ਵੱਡਾ ਹੱਲ ਜੀ, ਪਹਿਲਾਂ ਵੀ ਬਹੁਤ ਹੱਲ ਕਰਨ ਦੇ ਯਤਨ ਕੀਤੇ ਆ, ਪਿਛਲੇ ਸਾਲ 'ਚ ਵੀ ਲਾ ਲਓ ਐਤਕੀ, ਔਰ ਮੈਂ ਇਹ ਆਸ ਉਮੀਦ ਰੱਖਦਾ ਕਿ 2-3 ਸਾਲਾਂ 'ਚ ਅਸੀਂ ਪੂਰਾ ਕਵਰ ਅਪ ਕਰ ਲਾਂ। ਧੰਨਵਾਦ ਸਰ, ਮਿਹਰਬਾਨੀ, ਥੈਂਕ ਯੂ। ਦੇਖੋ, ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮਿਨਿਸਟਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਰੋਜ਼ਗਾਰ ਜਿਸ ਢੰਗ ਦੇ ਨਾਲ ਸਰਕਾਰ ਦੀ ਇੱਕ ਵੱਡੀ ਮੁਹਿੰਮ ਹੈ ਕਿ ਹਰ ਘਰ ਰੋਜ਼ਗਾਰ ਪਹੁੰਚਾਇਆ ਜਾਏ, ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਏ, ਕਿਉਂਕਿ ਕਈ ਖਾਲੀ ਸਾਮੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਪਈਆਂ ਨੇ ਅਤੇ ਉਹਨਾਂ ਨੂੰ ਭਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਰਾਲੀ ਇੱਕ ਵੱਡਾ ਮਸਲਾ, ਹਰ ਸਾਲ ਪਰਾਲੀ ਜਿਹੜਾ ਹੈ ਵੱਡਾ ਮਸਲਾ ਬਣਦਾ ਨਜ਼ਰ ਆਉਂਦਾ, ਕਿਉਂਕਿ ਖੇਤਾਂ ਦੇ ਵਿੱਚ ਜਦੋਂ ਪਰਾਲੀ ਸਾੜੀ ਜਾਂਦੀ ਹੈ ਉਸ ਨਾਲ ਜਿਹੜਾ ਪੋਲਿਊਸ਼ਨ ਹੁੰਦਾ ਉਸ ਨੂੰ ਲੈ ਕੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ। ਗੁਰਮੀਤ ਸਿੰਘ ਖੁੱਡੀਆਂ ਦੱਸਦੇ ਨਜ਼ਰ ਆਏ ਨੇ ਕਿ ਇਸ ਵਾਰ ਸਰਕਾਰ ਨੇ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਨੇ ਕਿ ਪਰਾਲੀ ਪੰਜਾਬ ਦੇ ਵਿੱਚ ਨਹੀਂ ਸਾੜੀ ਜਾਊਗੀ, ਮਸ਼ੀਨਰੀ ਜਿਹੜੀ ਹੈ ਕਿਸਾਨਾਂ ਨੂੰ ਉਪਲਬਧ ਕਰਾਈ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਉਪਰਾਲੇ ਕੀਤੇ ਜਾ ਰਹੇ ਨੇ। ਵੇਖਣ ਵਾਲੀ ਗੱਲ ਰਹੇਗੀ ਕਿ ਝੋਨੇ ਦੀ ਕਟਾਈ ਦਾ ਸੀਜ਼ਨ ਹੁਣ ਸ਼ੁਰੂ ਹੋ ਰਿਹਾ ਹੈ ਅਤੇ ਇਸ ਵਾਰ ਪਰਾਲੀ ਨੂੰ ਲੈ ਕੇ ਸਰਕਾਰ ਦੇ ਪ੍ਰਬੰਧ ਜਿਹੜੇ ਨੇ ਕੀ ਰੰਗ ਵਿਖਾਉਂਦੇ ਹੋਏ ਨਜ਼ਰ ਆਉਣਗੇ। ਕੈਮਰਾ ਪਰਸਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ।